ਸਤਿ ਸ਼੍ਰੀ ਅਕਾਲ ਫਾ ਕਮ ਬੈਕ ਟੂ ਮਾਈ ਚੈਨਲ ਹਾਊ ਆਰ ਯੂ ਆਲ ਸੋ ਟੂਡੇ ਆਮ ਲਾਈਵ ਵੀ ਵਿਲ ਰਿਵਾਈਜ਼ ਪੰਜਾਬੀ ਐਸ ਵੀ ਨੋ ਵੀ ਆਰ ਹੈਵਿੰਗ ਆ ਪੰਜਾਬੀ ਐਗਜ਼ਾਮ ਔਨ 15 ਫੈਬ ਫਰਦਰ ਜੁਆਇਨ ਕਰ ਲੋ ਸਾਰੇ ਉਸ ਬਾਰੇ ਪਾ ਸਟਾਰਟ ਕਰਾਂਗੇ ਆਪਾਂ ਅੱਜ ਰਿਵਾਈਜ਼ ਕਰਾਂਗੇ ਕਰਨ ਅਕੋਤਾ ਅਤੇ ਉਹਨਾਂ ਦੀਆਂ ਵਰਤੋਂ ਸਥਿਤੀਆਂ

डिस्प्ले भी क्लियर है बिल्कुल सो so, फटाफट फ़्ड़ ज्वाइन कर लो स्टार्ट कर दे अपा। चार फोर्टी टू मिनट्स से आप स्टार्ट कर देंगे पढ़ना फटाफट फ़्ड़ ज्वाइन कर लो सारे गुड आफ्टरनून एवरी वन गुड आफ्टरनून गुड आफ्टरनून गुड आफ्टरनून एवरी वन ਟੋਟਲ ਜਿਹੜੇ ਆ ਆਪਣੇ ਕੋਲੇ ਇਸ ਪੀਡੀਐਫ ਦੇ ਵਿੱਚ 60 ਅਖਾਣਾਂ ਐਂਡ ਸਿਲੇਬਸ ਦੇ ਵਿੱਚ ਵੀ 60 ਅਖਾਣ ਹੀ ਐ ਜੋ ਸੌਲਵਡ ਐ ਸੋ ਆਪਾਂ ਇਹ ਅੱਜ ਖਤਮ ਕਰ ਦਾਂਗੇ ਇਹਨਾਂ ਦੀ ਜਿਹੜੀ ਵਰਤੋਂ ਸਥਿਤੀਆਂ ਨੇ ਓਕੇ ਟਾਈਮ ਹੋ ਚੁੱਕਿਆ ਐ ਸਟਾਰਟ ਕਰਦੇ ਆਪਾਂ ਸਭ ਤੋਂ ਪਹਿਲਾਂ ਉਠੇ ਤਾਂ ਉਠ ਨਹੀਂ ਤਾਂ ਰੇਤੇ ਦੇ ਮੋਠ ਇਹਦਾ ਜਿਹੜਾ ਵਰਤੋਇਆ ਕਦੋਂ ਕੀਤੀ ਜਾਂਦੀ ਹੈ ਜਦੋਂ ਇਹ ਦੱਸਣਾ ਹੋਵੇ ਕਿ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹ ਬੇਕਾਰ ਹੈ ਉਸ ਤੋਂ ਅਗਲਾ ਹੈ ਅਸ਼ਰਫੀਆਂ ਦੀ ਲੁੱਟ ਕੋਲਿਆਂ ਦੀ ਮੋਰਾ ਜਦੋਂ ਇਹ ਦੱਸਣਾ ਹੋਵੇ ਕਿ ਕੀਮਤੀ ਚੀਜ਼ ਵੱਲ ਬੇਪਰਵਾਹੀ ਵਰਤੀ ਜਾਵੇ ਤੇ ਮਾੜੀ ਚੀਜ਼ ਦੀ ਕਦਰ ਕੀਤੀ ਜਾਵੇ ਤੁਹਾਡੀ ਬੁੱਕ ਦੇ ਵਿੱਚ ਜਦੋਂ ਪਰ ਜੋ ਸੰਟੈਂਸ ਲਿਖਿਆ ਹੋਇਆ ਹੈ ਉਹਦੇ ਵਿੱਚ ਇਹ ਦੱਸਿਆ ਹੋਇਆ ਹੈ ਕਿ ਜਿਹੜੀ ਲੇਡੀ ਹੈ ਉਹ ਜਿਹੜੀ ਕੰਮ ਦੀ ਚੀਜ਼ ਹੈ ਉਹਦੀ ਕਦਰ ਨਹੀਂ ਕਰਦੀ ਉਹ ਜਦੋਂ ਰੱਖ ਕੇ ਭੁੱਲ ਜਾਂਦੀ ਹੈ ਔਰ ਜੋ ਨਕਲੀ ਹੈ ਉਹਦੀ ਡੁਪਲੀਕੇਟ ਹੈ ਉਹਨੂੰ ਇਹਨਾਂ ਸੰਭਾਲ ਕੇ ਡੱਬੀਆਂ ਦੇ ਵਿੱਚ ਪਾ ਕੇ ਰੱਖਦੀ ਹੈ ਕਿਸੀ ਜੁਐਲਰੀ ਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੋਈ ਹੈ ਤੁਹਾਡੀ ਬੁੱਕ ਦੇ ਵਿੱਚ ਉਸ ਤੋਂ ਅਗਲਾ ਹੈ ਅੱਗੇ ਸੱਪ ਪਿੱਛੇ ਛੀ ਜਦੋਂ ਕੋਈ ਵਿਅਕਤੀ ਦੇ ਅੱਗੇ ਪਿੱਛੇ ਦੋਵੇਂ ਪਾਸੇ ਸਮੱਸਿਆਵਾਂ ਹੋਣ ਉਸ ਤੋਂ ਬਾਅਦ ਹੈ ਆਪਣੇ ਹੱਥੀ ਆਪਣਾ ਆਪੇ ਕਾਜਸਵਾਰੀ ਹੈ ਇਸ ਦੀ ਜਿਹੜੀ ਵਰਤੋਂ ਹੈ ਉਹ ਕਦੋਂ ਕੀਤੀ ਜਾਂਦੀ ਹੈ ਆਪਣੇ ਹੱਥੀ ਕੰਮ ਦੀ ਮਹਾਨਤਾ ਦਰਸਾਉਣੀ ਹੋਵੇ ਜਦ ਆਪਣੇ ਕੰਮ ਕਰਨ ਦੀ ਪ੍ਰੇਰਣਾ ਦੇਣੀ ਹੋਵੇ ਕਿ ਆਪਦਾ ਕੰਮ ਸਾਨੂੰ ਆਪ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਹੈ ਆਰੀ ਨੂੰ ਇੱਕ ਪਾਸੇ ਦੰਦੇ ਜਹਾਂ ਨੂੰ ਦੋਹੀ ਪਾਸੇ ਇਹਦਾ ਜਿਹੜੀ ਵਰਤੋਂ ਉਹ ਕਿਤੇ ਜਾਂਦੀ ਹੈ ਜਦੋਂ ਲੋਕਾਂ ਦੀ ਦੰਦ ਕਥਾ ਨੂੰ ਨਿੰਦਨਾ ਹੋਵੇ ਜਦੋਂ ਜਾਂ ਫਿਰ ਅਸੀਂ ਕਹਿੰਦੇ ਜਦੋਂ ਇਹ ਦੱਸਣਾ ਹੋਵੇ ਕਿ ਦੁਨੀਆ ਕਿਸੇ ਪਾਸੇ ਵੀ ਜਾਣ ਨਹੀਂ ਦਿੰਦੀ ਤੁਸੀਂ ਇਹ ਕੰਮ ਕਰੋਗੇ ਦੁਨੀਆ ਦੇ ਤਾਂ ਵੀ ਆ ਤੁਹਾਡੇ ਖਿਲਾਫ ਕੁਝ ਨਾ ਕੁਝ ਬੋਲ ਲੈ ਕੋਈ ਹੋਰ ਕੰਮ ਕਰੋਗੇ ਤਾਂ ਵੀ ਦੁਨੀਆ ਨੇ ਤੁਹਾਡੇ ਖਿਲਾਫ ਕੁਝ ਨਾ ਕੁਝ ਬੋਲਣਾ ਹੀ ਹੈ ਉਸ ਤੋਂ ਬਾਅਦ ਹੈ ਇੱਕ ਚੁੱਪ ਸੋ ਸੁਖ ਬਹਿਸ ਜਾਂ ਝਗੜੇ ਵਿੱਚ ਪੈਣ ਨਾਲੋਂ ਚੁੱਪ ਰਹਿਣ ਦੇ ਫਾਇਦੇ ਦੱਸਣੇ ਹੋਣ ਅਦੋਂ ਜਿਹੜਾ ਇਹ ਅਖੰਡ ਵਰਤਿਆ ਜਾਂਦਾ ਹੈ ਉਸ ਤੋਂ ਬਾਅਦ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਇਹ ਦੱਸਣਾ ਹੋਵੇ ਕਿ ਸੱਚ ਦੇ ਰਾਹ ਤੇ ਚੱਲਣ ਵਾਲੇ ਦੀ ਦੁਨੀਆ ਹਮੇਸ਼ਾ ਪ੍ਰਸ਼ੰਸਾ ਕਰਦੀ ਹੈ ਉਸ ਤੋਂ ਬਾਅਦ ਹੈ ਸਵੈ ਪ੍ਰੋਸਾ ਵੱਡਾ ਤੋਸਾ ਜਦੋਂ ਇਹ ਦੱਸਣਾ ਹੋਵੇ ਕੀ ਆਤਮ ਵਿਸ਼ਵਾਸ ਤੋਂ ਕੋਈ ਵੱਡੀ ਚੀਜ਼ ਨਹੀਂ ਹੁੰਦੀ ਉਸ ਤੋਂ ਬਾਅਦ ਹੈ ਸਾਰਾ ਜੰਦਾ ਦੇਖੀਏ ਅੱਜਾ ਜਈਏ ਵੰਡ ਇਹ ਅਖਾਣ ਉਹ ਵਰਤੇ ਜਾਂਦੇ ਜਦੋਂ ਇਹ ਦੱਸਣਾ ਹੋਵੇ ਕਿ ਥੋੜਾ ਜਿਹਾ ਨੁਕਸਾਨ ਕਰਾ ਕੇ ਬਹੁਤਾ ਸਾਰਾ ਤਾਂ ਨੂੰ ਬਚਾਇਆ ਜਾ ਸਕਦਾ ਹੈ ਤਾਂ ਸਾਨੂੰ ਉੱਥੇ ਸਮਝਦੈਣਾ ਕੰਮ ਲੈ ਕੇ ਥੋੜਾ ਜਿਹਾ ਤਨ ਜਿਹੜਾ ਹੈ ਉਹ ਦੇ ਕੇ ਜਿਹੜਾ ਆਪਣਾ ਬਾਕੀ ਦਾ ਜਿਹੜਾ ਤਨ ਹੈ ਉਹਨੂੰ ਬਚਾ ਲੈਣਾ ਚਾਹੀਦਾ ਉਸ ਤੋਂ ਬਾਅਦ ਹੈ ਸੇਰ ਦੁੱਧ ਤੇ ਵੀ ਸੇਰ ਪਾਣੀ ਘੁਮਰ ਘੁਮਰ ਫਿਰ ਇਹ ਮਧਾਣੀ ਫੋਕੀਆਂ ਗੱਲਾਂ ਕਰਨੀਆਂ ਜਾਂ ਫਿਰ ਫੁੱਕਾ ਵਿਖਾਵਾ ਕਰਨਾ ਉਸ ਤੋਂ ਬਾਅਦ ਹੈ ਹੱਥ ਨੂੰ ਹੱਥ ਤੋਂ ਹੁੰਦਾ ਜਦੋਂ ਲੋਕਾਂ ਨੂੰ ਆਪਸ ਵਿੱਚ ਰਲ ਮਿਲ ਕੇ ਕੰਮ ਕਰਨ ਬਾਰੇ ਦੱਸਣਾ ਹੋਵੇ ਯਾਨੀ ਕਿ ਯੂਨਿਟੀ ਬਾਰੇ ਦੱਸਣਾ ਹੋਵੇ ਉਸ ਤੋਂ ਬਾਅਦ ਹੈ ਸੰਗtare ਹੁ ਸੰਗ ਡੋਬੇ ਇਹਦਾ ਮਤਲਬ ਕੀ ਹੈ ਜਦੋਂ ਚੰਗੀ ਸੰਗਤ ਦੀ ਸਿਫਤ ਕਰਨੀ ਹੋਵੇ ਔਰ ਮਾੜੀ ਸੰਗਤ ਨੂੰ ਨਿੰਦਿਆ ਹੋਵੇ ਉਦੋਂ ਇਹ ਮੁਹਾਵਰਾ ਜਿਹੜਾ ਵਰਤਿਆ ਜਾਂਦਾ ਹੈ ਉਸ ਤੋਂ ਬਾਅਦ ਹੈ ਹੱਥਾਂ ਬਾਜ ਕਰਾਰਿਆ ਵੈਰੀ ਹੌਨ ਨਮਿਤ ਇਹ ਮੁਹਾਵਰਾ ਦੋ ਵਰਤਿਆ ਜਾਂਦਾ ਹੈ ਸੋਰੀ ਅਖਾਂ ਨੂੰ ਦੋ ਵਰਤਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਵੈਰੀ ਨੂੰ ਤਕੜੇ ਹਥਿਆਰ ਨਾਲ ਟਕਰਾਨਾ ਚਾਹੀਦਾ ਉਸ ਤੋਂ ਬਾਅਦ ਹੈ ਹਿੰਗ ਲੱਗੇ ਦਾ ਫਟਕੜੀ ਰੰਗ ਚੌਖਾ ਆਵੇ ਇਹ ਕਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਕੰਮ ਮੁਫਤੀ ਹੋ ਜਾਵੇ ਜਦ ਬਹੁਤ ਥੋੜਾ ਪੈਸਾ ਖਰਚੇ ਨਾਲ ਵੱਡਾ ਲਾਭ ਹੋਵੇ ਉਸ ਤੋਂ ਬਾਅਦ ਹੈ ਕੱਲ ਕਰਨਾ ਸੋ ਅੱਜ ਕਰ ਇਹਦਾ ਕੀ ਜਿਹੜਾ ਇਹ ਕਦੋਂ ਵਰਤੇ ਜਾਂਦਾ ਹੈ ਜਦੋਂ ਇਹ ਸਮਝਾਣਾ ਹੋਵੇ ਕਿ ਸਮਾਂ ਵਿਅਰਥ ਨਹੀਂ ਗੁਆਉਣਾ ਚਾਹੀਦਾ ਉਸ ਤੋਂ ਬਾਅਦ ਹੈ ਕੁੱਤਾ ਪੋਂਕੇ ਬਦਲ ਗੱਜੇ ਨਾ ਉਹ ਵੱਡੇ ਨਾ ਉਹ ਸੇ ਇਹ ਕਦੋਂ ਵਰਤੇ ਜਾਂਦੇ ਜਦੋਂ ਕੋਈ ਵਿਅਕਤੀ ਕੰਮ ਥੋੜਾ ਕਰੇ ਪਰ ਰੋਲਾ ਜ਼ਿਆਦਾ ਪਾਵੇ ਬਹੁਤੀ ਵੱਧ ਵੱਧ ਕੇ ਗੱਲਾਂ ਕਰਨ ਵਾਲਾ ਦੁਸ਼ਮਣ ਨੁਕਸਾਨ ਕਰਾਂ ਜੋ ਕਰਨ ਜੋਗਾ ਨਹੀਂ ਹੁੰਦਾ ਉਸ ਤੋਂ ਬਾਅਦ ਹੈ ਕੋਨਾ ਚੱਲੀ ਬਾਬਾ ਤੇਹਾਈ ਇਹ ਕਦੋਂ ਵਰਤੇ ਜਾਂਦੇ ਜਦੋਂ ਕੋਈ ਥੋੜਾ ਜਿਹਾ ਕੰਮ ਕਰਕੇ ਥੱਕ ਜਾਵੇ ਤੇ ਬਹਾਨੇ ਲੱਭੇ ਉਸ ਤੋਂ ਬਾਅਦ ਹੈ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦੈ ਇਹ ਕਦੋਂ ਵਰਤੇ ਜਾਂਦਾ ਜਦੋਂ ਇਹ ਦੱਸਣਾ ਹੋਵੇ ਕਿ ਆਦਮੀ ਜਿਹੋ ਜਿਹੀ ਸੰਗਤ ਵਿੱਚ ਬੈਠਦਾ ਹੈ ਉਹੋ ਜਿਹਾ ਹੀ ਉਹ ਹੋ ਜਾਂਦਾ ਹੈ ਉਸ ਤੋਂ ਬਾਅਦ ਹੈ ਖਿਦੋ ਫਰੋਲੀਆਂ ਲੀਰਾਂ ਹੀ ਨਿਕਲਦੀਆਂ ਹਨ ਇਹ ਕਦੋਂ ਵਰਤੇ ਜਾਂਦਾ ਕਿ ਪੁਰਾਣੀਆਂ ਗੱਲਾਂ ਨੂੰ ਦੁਹਰਾਉਣ ਨਾਲ ਹਾਨੀ ਹੀ ਹੁੰਦੀ ਹੈ ਉਸ ਤੋਂ ਬਾਅਦ ਹੈ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ ਇਹ ਕਦੋਂ ਵਰਤੇ ਜਾਂਦਾ ਜਦਿੱ ਕਿਸੇ ਦੇ ਮਾੜੇ ਦਿਨ ਆ ਜਾਣ ਤਾਂ ਹੋਰ ਬੇਸਮਝੀ ਵਾਲੇ ਕੰਮ ਕਰਨ ਲੱਗ ਜਾਂਦਾ ਹੈ ਜਾਂ ਜਦੋਂ ਭੈੜੇ ਦਿਨ ਆਉਂਦੇ ਹਨ ਤਾਂ ਬੰਦੇ ਦੀ ਮੱਤ ਹੀ ਮਾਰੀ ਜਾਂਦੀ ਹੈ ਉਸ ਤੋਂ ਬਾਅਦ ਹੈ ਘਰ ਦਾ ਸੜਿਆ ਬਣ ਗਿਆ ਵੱਨ ਨੂੰ ਲੱਗੀ ਅਗ ਇਹਦਾ ਮਤਲਬ ਹੈ ਇਹ ਉਦੋਂ ਵਰਤੇ ਜਾਂਦਾ ਹੈ ਜਦੋਂ ਕੋਈ ਇੱਕ ਥਾਂ ਦੀ ਤੰਗੀ ਤੋਂ ਬਚਣ ਲਈ ਹੋਰ ਥਾਂ ਜਾਵੇ ਤੇ ਉੱਥੇ ਹੋਰ ਵੱਡੀ ਮੁਸੀਬਤ ਖੜੀ ਹੋਵੇ ਜਾਂ ਬਦਕਿਸਮਤੀ ਇਹ ਬੰਦੇ ਨਾਲ ਨਾਲ ਹੀ ਟੋਰੀ ਜਾਂਦੀ ਹੈ ਉਸ ਤੋਂ ਬਾਅਦ ਹੈ ਘਰ ਵਸਦਿਆਂ ਦੇ ਸਾਖ ਮਿਲਦਿਆਂ ਤੇ ਤੇ ਖੇਤ ਵਾਹਦਿਆਂ ਦੇ ਇਹ ਕਦ ਉਹ ਵਰਤੇ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਘਰ ਪਰਿਵਾਰ ਨਾਲ ਵੱਸਦਾ ਹੈ ਤੇ ਰਿਸ਼ਤੇਦਾਰ ਮਿਲਦੇ ਰਹਿਣ ਨਾਲ ਤੇ ਖੇਤ ਵਾਦੇ ਰਹਿਣ ਨਾਲ ਖੇਤ ਰਹਿੰਦੇ ਹਨ ਉਸ ਤੋਂ ਬਾਅਦ ਹੈ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਧਾਇਆ ਇਹ ਕਦ ਉਹ ਵਰਤੇ ਜਾਂਦੇ ਜਦੋਂ ਕਿਸੇ ਨੂੰ ਕੋਈ ਚੀਜ਼ ਮਿਲਦੀ ਦੇਖ ਕੇ ਦੂਸਰੇ ਦੇ ਮਨ ਵਿੱਚ ਪ੍ਰਾਪਤੀ ਦੀ ਇੱਛਾ ਪੈਦਾ ਹੋ ਜਾਵੇ ਉਸ ਤੋਂ ਬਾਅਦ ਹੈ ਚਾਹੇ ਛੁਰੀ ਖਰਬੂਜੇ ਤੇ ਡਿੱਗੇ ਜਾਂ ਖਰਬੂਜਾ ਛੁਰੀ ਤੇ ਨੁਕਸਾਨ ਖਰਬੂਜੇ ਦਾ ਹੀ ਹੋਣਾ ਇਹਦਾ ਇਹ ਕਦੋਂ ਵਰਤੇ ਜਾਂਦਾ ਹੈ ਜਦ ਹਰ ਇੱਕ ਸਥਿਤੀ ਵਿੱਚ ਨੁਕਸਾਨ ਬਾੜੇ ਧਿਰਦਾ ਹੀ ਹੋਣਾ ਹੋਵੇ ਉਸ ਤੋਂ ਬਾਅਦ ਹੈ ਛਜਤਾ ਬੋਲੇ ਛਾਂੜੀ ਕਿਉਂ ਬੋਲੇ ਇਹ ਉਦੋਂ ਵਰਤੇ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਬਾੜੇ ਆਦਮੀ ਨੂੰ ਭਲੇ ਆਦਮੀ ਦੇ ਹੋਗੰਦ ਸੰਦੀ ਕੋਈ ਲੋੜ ਨਹੀਂ ਹੁੰਦੀ ਉਸ ਤੋਂ ਬਾਅਦ ਹੈ ਵਾਪੇ ਆ ਜਾਣੀਏ ਜਾਂ ਰਾਹ ਪਿਆ ਜਾਣੀਏ ਇਹ ਉਦੋਂ ਵਰਤੇ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਬੰਦੇ ਦੀ ਅਸਲੀਅਤ ਦਾ ਵਾਪੇਂ ਤੇ ਹੀ ਪਤਾ ਲੱਗਦਾ ਯਾਨੀ ਕਿ ਜਦੋਂ ਲੋੜ ਹੋਵੇ ਔਰ ਉਸ ਟਾਈਮ ਜੋ ਆਪਣਾ ਸਾਥ ਛੱਡ ਦੇ ਤਾਂ ਉਹ ਜਿਹੜਾ ਉਹਦਾ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਜਿਹੜਾ ਪ੍ਰੋਸੈਸ ਦੇ लायक ਨਹੀਂ ਹੈ ਉਸ ਤੋਂ ਬਾਅਦ ਹੈ ਜਾਂਦੇ ਚੋਰ ਦੀ ਲੰਗੋਟੀ ਹੀ ਸਈ ਇਹ ਉਹਦਾ ਵਰਤਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਬਹੁਤੇ ਨੁਕਸਾਨ ਵਿੱਚੋਂ ਥੋੜਾ ਹੀ ਪੂਰਾ ਹੋ ਜਾਵੇ ਤਾਂ ਚੰਗਾ ਹੁੰਦਾ ਉਸ ਤੋਂ ਬਾਅਦ ਹੈ ਜੋ ਰਾਤੀ ਜਾਗੜ ਕਾਲੀਆਂ ਸੋਈ ਖਾਂ ਸੁਖਾਲੀਆਂ ਇਹ ਉਹਦਾ ਵਰਤਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮਿਹਨਤ ਨਾਲ ਸਦਾ ਸਫਲਤਾ ਮਿਲਦੀ ਹੈ ਤੇ ਸੁੱਖ ਦੀ ਰੋਟੀ ਮਿਲਦੀ ਹੈ ਉਸ ਤੋਂ ਬਾਅਦ ਹੈ ਠੂਠਾ ਫੁੱਟ ਕੇ ਛੰਡਾ ਮਿਲੀਏ ਮਿਲਿਆ ਇਹ ਉਹ ਵਰਤਿਆ ਜਾਂਦਾ ਹੈ ਜਦੋਂ ਇਹਦਾ ਸਨਾ ਹੋਵੇ ਕਿ ਮਾੜੀ ਚੀਜ਼ ਦੇ ਹੱਥੋਂ ਨਿਕਲ ਜਾਂ ਤੇ ਕਿਸੇ ਚੰਗੀ ਚੀਜ਼ੇ ਚੰਗੀ ਚੀਜ਼ ਮਿਲ ਜਾਂਦੀ ਹੈ ਉਸ ਤੋਂ ਬਾਅਦ ਹੈ ਗਾਡੇ ਨਾਲ ਬਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ ਇਹ ਕਦ ਵਰਤਿਆ ਜਾਂਦਾ ਹੈ ਕਿਸੇ ਸਖਤ ਜਾਂ ਤਗੜੇ ਬੰਦੇ ਨਾਲ ਸਾਂਝ ਪਾ ਕੇ ਘਟਾਈ ਪੈਂਦਾ ਉਸ ਤੋਂ ਬਾਅਦ ਹੈ ਢਿੱਡ ਭਰਿਆ ਕੰਮ ਸਰਿਆ ਇਹ ਉਦੋਂ ਵਰਤੇ ਜਾਂਦਾ ਹੈ ਜਦੋਂ ਕਿਸੇ ਦੀ ਮਨਛਾ ਕੇਵਲ ਆਪਣੀ ਗਰਜ ਪੂਰੀ ਕਰਨ ਦੀ ਹੀ ਹੋਵੇ ਉਸ ਤੋਂ ਬਾਅਦ ਹੈ ਤੋੜੀ ਉਬਲੇਗੀ ਤਾਂ ਆਪਣੇ ਹੀ ਕੰਡੇ ਸਾੜੇਗੀ ਇਹ ਉਦੋਂ ਵਰਤੇ ਜਾਂਦਾ ਹੈ ਜਦੋਂ ਇਹ ਸਮਝਾਣਾ ਹੋਵੇ ਕਿ ਗਰੀਬ ਆਦਮੀ ਗੁੱਸਾ ਕਰੇਗਾ ਤਾਂ ਆਪਣਾ ਹੀ ਨੁਕਸਾਨ ਹੋਵੇਗਾ ਉਸ ਤੋਂ ਬਾਅਦ ਹੈ ਨਵਾਂ 9 ਦਿਨ ਪੁਰਾਣਾ 100 ਦਿਨ ਇਹ ਉਦੋਂ ਵਰਤੇ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਜਦੋਂ ਕਿਸੇ ਨਵੀਂ ਚੀਜ਼ ਦੇ ਮੁਕਾਬਲੇ ਵਿੱਚ ਪੁਰਾਣੀ ਚੀਜ਼ ਦੀ ਮਹੱਤਤਾ ਦਰਸਾਈ ਜਾਵੇ ਉਸ ਤੋਂ ਬਾਅਦ ਹੈ ਪਾਟਾ ਸੀ ਵੀ ਹੈ ਨਾ ਰਸਾ ਮਨਾਈਏ ਨਾ ਤਾਂ ਘਰ ਨਹੀਂ ਵਜਦੇ ਜਦੋਂ ਇਹ ਦਰਸਾਣਾ ਹੋਵੇ ਕਿ ਵਿਗੜੇ ਕੰਮ ਨੂੰ ਸੁਆਰਨ ਦਾ ਉਪਰਾਲਾ ਕਰਨਾ ਜ਼ਰੂਰੀ ਹੈ ਉਪਰਾਲਾ ਯਾਨੀ ਕਿ ਐਫਰਟਸ ਉਸ ਤੋਂ ਬਾਅਦ ਹੈ ਪਾਣੀ ਵਿੱਚ ਸੋਟਾ ਮਾਰਿਆ ਪਾਣੀ ਦੋ ਨਹੀਂ ਹੋ ਜਾਂਦੇ ਇਹ ਉਦੋਂ ਵਰਤਿਆ ਜਾਂਦਾ ਹੈ ਜਦੋਂ ਇਹ ਦਰਸਾਣਾ ਹੋਵੇ ਕਿ ਆਪਣੇ ਆਪਣੇ ਹੀ ਰਹਿੰਦੇ ਹਨ ਖੂਨ ਦਾ ਰਿਸ਼ਤਾ ਕਦੇ ਨਹੀਂ ਟੁੱਟਦਾ ਉਸ ਤੋਂ ਬਾਅਦ ਹੈ ਬੈਠ ਕੇ ਖਾਦਿਆਂ ਤਾਂ ਖੂ ਵੀ ਨਹੀਂ ਖੁੱਟ ਜਾਂਦੇ ਹਨ ਵੇਲੇ ਰਹਿਣ ਤੇ ਕੰਮ ਨਾ ਕਰਨ ਤੇ ਪਿਛਲੀ ਕਮਾਈ ਝੱਟ ਹੀ ਮੁੱਕ ਜਾਂਦੀ ਹੈ। ਉਸ ਤੋਂ ਬਾਅਦ ਹੈ ਬਿਗਾਨਾ ਮੈਲ ਵੇਖ ਕੇ ਆਪਣੀ ਕੁਲੀ ਨਹੀਂ ਢਾਈ ਦੀ। ਇਹ ਉਦੋਂ ਵਰਤਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਵੱਡੇ ਅਮੀਰ ਆਦਮੀ ਦੀ ਰੀਸ ਕਰਨੀ ਠੀਕ ਨਹੀਂ ਹੁੰਦੀ। ਉਸ ਤੋਂ ਬਾਅਦ ਹੈ ਬਿੱਲੀ ਦੇ ਸਰਾਣੇ ਦੁੱਧ ਨਹੀਂ ਜਾਂਦਾ। ਖੋਟੀ ਨੀਤ ਵਾਲੇ ਕੋਲ ਆਪਣੀ ਅਮਾਨਤ ਰੱਖਣੀ ਉਚਿਤ ਨਹੀਂ ਹੁੰਦੀ। ਉਸ ਤੋਂ ਬਾਅਦ ਹੈ ਭੱਜਦਿਆਂ ਨੂੰ ਵਾਹਣ ਇੱਕੋ ਜੇ। ਲੜਾਈ ਝਗੜੇ ਵਿੱਚ ਦੋਹਾਂ ਧਿਰਾਂ ਦਾ ਇੱਕੋ ਜਿਹਾ ਨੁਕਸਾਨ ਹੁੰਦਾ ਹੈ ਉਸ ਤੋਂ ਬਾਅਦ ਹੈ ਪੰਡਾ ਪੰਡਾਰੀਆ ਕਿੰਨਾ ਘਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਇਹ ਉਦੋਂ ਵਰਤੇ ਜਾਂਦਾ ਹੈ ਜਦੋਂ ਘਰ ਦੇ ਖਰਚ ਤੇ ਝਮੇਲਿਆਂ ਦੇ ਨਾਂ ਮੁੱਕਣ ਬਾਰੇ ਗੱਲ ਕਰਨੀ ਹੋਵੇ ਉਸ ਤੋਂ ਬਾਅਦ ਹੈ ਮੈਂ ਵੀ ਰਾਣੀ ਤੂੰ ਵੀ ਰਾਣੀ ਕੌਣ ਭਰੇਗਾ ਪਾਣੀ ਇਹਦਾ ਇਹ ਉਦੋਂ ਵਰਤੇ ਜਾਂਦਾ ਹੈ ਜਦੋਂ ਇੱਕ ਪੱਧਰ ਦੇ ਦੋ ਬੰਦੇ ਆਪਣੇ ਆਪ ਨੂੰ ਦੂਜੇ ਤੋਂ ਚੰਗਾ ਸਮਝ ਕੇ ਕੋਈ ਵੀ ਕੰਮ ਨਾ ਕਰਨ ਜਾਂ ਕੰਮ ਕਰਨ ਤੋਂ ਸੰਕੋਚ ਕਰਦੇ ਹੋਣ ਉਸ ਤੋਂ ਬਾਅਦ ਹੈ ਮਨ ਜੀਤੇ ਜਗ ਜੀਤ ਜਦੋਂ ਇਹ ਦੱਸਣਾ ਹੋਵੇ ਕਿ ਮਨ ਤੇ ਕਾਬੂ ਪਾਉਣਾ ਸਭ ਤੋਂ ਵੱਡੀ ਸਫਲਤਾ ਹੁੰਦੀ ਹੈ ਉਸ ਤੋਂ ਬਾਅਦ ਹੈ ਮਾਂ ਮੋਠਾ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਇਹ ਉਦੋਂ ਵਰਤੇ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਭਾਈਚਾਰੇ ਵਿੱਚ ਸਭ ਬਰਾਬਰ ਹੁੰਦੇ ਹਨ ਉਸ ਤੋਂ ਬਾਅਦ ਹੈ ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਖਾਉਂਦੀ ਇਹ ਉਦੋਂ ਵਰਤੇ ਜਾਂਦਾ ਹੈ ਜਦੋਂ ਕੋਈ ਆਪਣੇ ਘਰ ਦਾ ਕੰਮ ਕਰਨ ਨੂੰ ਘਟਿਆ ਸਮਝਦਾ ਹੋਵੇ ਜਾਂ ਆਪਣਾ ਕੰਮ ਕਰਨ ਵਿੱਚ ਕੋਈ ਅਪਮਾਨ ਨਹੀਂ ਹੁੰਦਾ ਉਸ ਤੋਂ ਬਾਅਦ ਵਾਦੜੀਆਂ ਸਜਾ ਵਾਦੜੀਆਂ ਸਜਾਦੜੀਆਂ ਨਿਬੰਧ ਸਿਰਾਂ ਦੇ ਨਾਲ ਇਹ ਉਦੋਂ ਵਰਤਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਸੁਭਾਅ ਬਦਲਣਾ ਸੁਭਾਅ ਬਦਲਣਾ ਬੜਾ ਮੁਸ਼ਕਿਲ ਹੁੰਦਾ ਹੈ Thank <laughs> आई एम सॉरी एवरीवन वेट लेट मी यस लेट्स स्टार्ट अगेन अह लेट्स स्टार्ट फ्रॉम 45 अगेन व आदडियां सजाडियां निबन सिरान दे नाल ये उदो ਵਰਤੇ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਸੁਭਾਅ ਬਦਲਣਾ ਬੜਾ ਮੁਸ਼ਕਿਲ ਹੁੰਦਾ ਉਸ ਤੋਂ ਬਾਅਦ ਹੈ ਵਿਦਿਆ ਵਿਚਾਰੀ ਤਪ ਪਰਉਪਕਾਰੀ ਅਸਲ ਵਿਦਿਆ ਉਹੀ ਸਮਝਣੀ ਚਾਹੀਦੀ ਹੈ ਜਿਹੜੀ ਦੂਜਿਆਂ ਦਾ ਭਲਾ ਕਰਨਾ ਸਿਖਾਵੇ ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾ ਬੇਵਕਤ ਕਿਤੇ ਕੰਮ ਦਾ ਕੋਈ ਲਾਭ ਨਹੀਂ ਹੁੰਦਾ ਔਖਲੇ ਵਿੱਚ ਸਿਰ ਦਿੱਤਾ ਤਾਂ ਮੋਲਿਆ ਦਾ ਮੋਲਿਆ ਦਾ ਕੀ ਡਰ ਔਖਾ ਕੰਮ ਰੰਭ ਕਰਕੇ ਔਕੜਾਂ ਤੋਂ ਡਰਨਾ ਨਹੀਂ ਚਾਹੀਦਾ ਆਪਣੀ ਅਕਲ ਤੇ ਪਰਾਇਆ ਤਨ ਬਹੁਤਾ ਹੀ ਜਾਪਦਾ ਹੈ ਇਹਦਾ ਉਦੋਂ ਵੇਰ ਤੇ ਜਾਂਦਾ ਹੈ ਕਿ ਜਿਵੇਂ ਕਹਿੰਦੇ ਕਿ ਹਰ ਕੋਈ ਆਪਣੇ ਆਪ ਨੂੰ ਦੂਜਿਆਂ ਨਾਲ ਸਿਆਣਾ ਸਮਝਦਾ ਹੈ ਪਰ ਤਨ ਦੇ ਸੰਬੰਧ ਵਿੱਚ ਦੂਜੇ ਉਸ ਨੂੰ ਅਮੀਰ ਲੱਗਦੇ ਹਨ ਉਸ ਵਾਰ ਹੈ ਅੰਨਾ ਵੰਡੇ ਰਿਓੜੀਆਂ ਮੁੰਮੂੜ ਆਪਣਿਆਂ ਨੂੰ ਜਦੋਂ ਮਹੱਤਵਪੂਰਨ ਉਧੇ ਤੇ ਬੈਠੇ ਬੰਦੇ ਆਪਣੀ ਤਾਕਤ ਦਾ ਲਾਭ ਆਪਣੇ ਮਿੱਤਰਾਂ ਤੇ ਸਬੰਧੀਆਂ ਨੂੰ ਹੀ ਦੇਣ। ਉਸ ਤੋਂ ਬਾਅਦ ਹੈ ਆਪਣਾ ਮਾਰੇਗਾ ਤੇ ਛਾਂਵੇਂ ਹੀ ਸੁਟੇਗਾ। ਆਪਣੇ ਤੇ ਪਰਾਏ ਦੇ ਵਿਹਾਰ ਵਿਚਲਾ ਅੰਤਰ ਦੱਸਣ ਵੇਲੇ ਆਖਾਂੜ ਵਰਤਿਆ ਜਾਂਦਾ ਹੈ। ਉਸ ਤੋਂ ਬਾਅਦ ਹੈ ਇੱਕਨਾਰ ਸੋ ਬਿਮਾਰ ਜਦੋਂ ਚੀਜ਼ ਘੱਟ ਹੋਵੇ ਤੇ ਉਹਦੀ ਮੰਗ ਕਰਨ ਵਾਲੇ ਬਹੁਤੇ ਹੋਣ। ਉਸ ਤੋਂ ਬਾਅਦ ਹੈ ਇੱਕ ਦਰ ਬੰਦ ਸੌ ਦਰ ਖੁੱਲਾ। ਬੰਦੇ ਨੂੰ ਹਮੇਸ਼ਾ ਆਸਵੰਦ ਰਹਿਣਾ ਚਾਹੀਦਾ ਹੈ। ਉਸ ਤੋਂ ਬਾਅਦ ਹੈ ਕੁੱਤੇ ਭੌਂਕਦੇ ਰਹਿੰਦੇ ਹਨ ਹਾਥੀ ਲੰਘ ਜਾਂਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਕੰਮ ਕਰਨ ਵਾਲੇ ਬੰਦੇ ਨੇ ਕਿਸੇ ਦੀ ਨੁਕਤਾ ਚੀਨੀ ਦੀ ਕੋਈ ਪਰਵਾਹ ਨਹੀਂ ਕਰਦੇ ਉਸ ਤੋਂ ਬਾਅਦ ਹੈ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਵਾਉਣੀ ਆ ਜਦੋਂ ਇਹ ਦੱਸਣਾ ਹੋਵੇ ਕਿ ਬੰਦੇ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਉਸ ਤੋਂ ਬਾਅਦ ਹੈ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਜਦੋਂ ਇਹ ਦੱਸਣਾ ਹੋਵੇ ਕਿ ਘਰ ਵਿੱਚ ਸਿਆਣੇ ਬਿਆਣੇ ਬੰਦੇ ਦੀ ਕਦਰ ਨਹੀਂ ਕੀਤੀ ਜਾਂਦੀ ਸਗੋਂ ਬਾਹਰਲੇ ਦੇ ਕੰਮ ਅਕਲਵੰਦਿਆਂ ਨੂੰ ਵੀ ਸਿਆਣੇ ਸਮਝ ਲਿਆ ਜਾਂਦਾ ਥੇ ਕੰਮ ਜਿਹੜਾ ਹੈ ਉਧਰ ਸਾਰੇ ਘੱਟ ਤਿੱਥੇ ਜਾਂ ਤਾਂ ਕੰਮ ਲਿਖ ਦਿਆ ਤਾਂ ਤੁਸੀਂ ਘੱਟ ਹੀ ਲਿਖ ਲੋਰੇ ਉਸ ਤੋਂ ਬਾਅਦ ਹੈ ਤੂੰ ਮੇਰਾ ਮੁੰਡਾ ਕਢਾ ਮੈਂ ਤੇਰੀ ਖੀਰ ਖਾਣੀ ਆ ਜਦੋਂ ਕੋਈ ਕਿਸੇ ਤੋਂ ਕੰਮ ਵੀ ਲਵੇ ਤੇ ਉਲਟਾ ਉਸ ਦਾ ਨੁਕਸਾਨ ਵੀ ਕਰ ਦੇਵੇ ਉਸ ਤੋਂ ਬਾਅਦ ਹੈ ਆਦਰ ਤੇਰੀ ਚਾਦਰ ਨੂੰ ਬੈਣਾ ਤੇਰੇ ਗਹਿਣੇ ਨੂੰ ਚੰਗੀ ਔਕਾਤ ਤੇ ਪੈਸੇ ਵਾਲੇ ਬੰਦੇ ਨੂੰ ਆਦਰ ਹیثیت ਕਰਕੇ ਮਿਲਦਾ ਹੈ ਉਸ ਤੋਂ ਬਾਅਦ ਹੈ ਆਪੇ ਫਾਥੜੀਏ ਤੈਨੂੰ ਕੌਣ ਛੁੜਾਏ ਇਹ ਉਦੋਂ ਵਰਤੇ ਜਾਂਦੇ ਹੈ ਜਦੋਂ ਕੋਈ ਵਿਅਕਤੀ ਜਾਣ ਬੁੱਝ ਕੇ ਮੁਸੀਬਤ ਮੁੱਲ ਲੈ ਲਵੇ ਉਸ ਤੇ ਕੋਈ ਸਹਾਇਤਾ ਨਾ ਕਰੇ ਉਸ ਤੋਂ ਬਾਅਦ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਇਹ ਉਦੋਂ ਵਰਤੇ ਜਾਂਦੇ ਹੈ ਜਦੋਂ ਕੇਵਲ ਕੋਈ ਆਪਣੀ ਹੀ ਵਡਿਆਈ ਕਰੀ ਜਾਵੇ ਸੋ ਅੱਥੇ ਜਿਹੜੇ ਸਾਡੇ ਅਖਾਂ ਨੇ ਉਹ ਖਤਮ ਹੁੰਦੇ ਹੈ ਥੈਂਕਸ ਫॉर ਕਮਿੰਗ ਇਨ ਦਾ ਲਾਈਵ ਸੈਸ਼ਨ ਨੈਕਸਟ ਲਾਈਵ ਸੈਸ਼ਨ ਜਲਦੀ ਹੋਏਗਾ ਜਿਸ ਵਿੱਚ ਆਪਾਂ ਅੱਗੇ ਕਿਸੇ ਟੌਪਿਕ ਦੀ ਪੰਜਾਬੀ ਦੇ ਐਗਜ਼ਾਮ ਲਈ ਰਿਵੀਜ਼ਨ ਕਰਾਂਗੇ ਅਗਰ ਲਾਈਵ ਸੈਸ਼ਨ ਅੱਛਾ ਲੱਗਿਆ ਤੇਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫॉर ਵਾਚਿੰਗ ਦ ਵੀਡੀਓ